ਡੀ ਪੰਜਾਬੀ ਦੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਵਾਗਤ ਮੈਂ ਹਰੀਮਾ ਤੇ ਅੱਜ ਦੀਆਂ ਸੁਰਖੀਆਂ ਦੀ ਸਮੀਖਿਆ ਕਰਨ ਦੇ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਇੰਦਰਪ੍ਰੀਤ ਸਿੰਘ ਜੀ ਜੋ ਕਿ ਡੈਨਿਕ ਜਾਗਰਣ ਦੇ ਵਿੱਚ ਬਿਊਰੋ ਚੀਫ ਪੰਜਾਬ ਨੇ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਤੁਹਾਡਾ ਥੈਂਕ ਯੂ ਥੈਂਕ ਯੂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ ਕਮਾਂਤਰੀ ਯੋਗ ਦਿਵਸ ਮਨਾਇਆ ਗਿਆ ਔਰ ਇਸ ਮੌਕੇ ਕੋਵਿਡ-19 ਦੇ ਚੱਲਦਿਆਂ ਪਹਿਲੀ ਵਾਰ ਸੀਗਾ ਕਿ ਕੋਈ ਵਿਸ਼ਾਲ ਸਮਾਗਮ ਨਹੀਂ ਹੋਇਆ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕੀਤਾ ਔਰ ਇਹ ਗੱਲ ਕਹੀ ਹੈ ਕਿ ਜੋ ਸਾਨੂੰ ਜੋੜੇ ਤੇ ਬਿਮਾਰੀਆਂ ਤੋਂ ਸਾਨੂੰ ਦੂਰ ਰੱਖੇ ਉਹੀ ਯੋਗ ਹੈ ਤੇ ਕੋਵਿਡ-19 ਦੇ ਚਲਦਿਆਂ ਯੋਗ ਦਾ ਮਹੱਤਵ ਹੋਰ ਵੀ ਜ਼ਿਆਦਾ ਵਧੇ ਜਾਂਦਾ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਿਲਕੁਲ ਠੀਕ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਵੀ ਬਿਲਕੁਲ ਅੱਛੀ ਹੈ ਔਰ ਯੋਗ ਦਾ ਵੈਸੇ ਵੀ ਅਰਥ ਮਤਲਬ ਜੇ ਹਿੰਦੀ ਚੋਂ ਦਾ ਜੋੜਨਾ ਹੀ ਹੁੰਦਾ ਜੀ ਔਰ ਦੇਖੋ ਅੱਜ ਜਦੋਂ ਕਿ ਅਸੀਂ ਕੋਵਿਡ-19 ਦੇ ਦੌਰ ਚੋਂ ਨਿਕਲ ਰਹੇ ਹਾਂ ਉਹ ਮੈਂ ਉਸ ਕਰਕੇ ਇਸ ਨੂੰ ਜ਼ਿਆਦਾ ਇੰਪੋਰਟੈਂਸ ਦੇਣਾ ਇਸ ਯੋਗ ਦਿਵਸ ਨੂੰ ਜੀ ਕੀ ਇਹ ਇਕੱਲਾ ਫਿਜ਼ੀਕਲੀ ਤੁਹਾਨੂੰ ਸਾਊਂਡ ਨਹੀਂ ਕਰਦਾ ਜੀ ਮਤਲਬ ਸਾਨੂੰ ਫਿਜ਼ੀਕਲੀ ਤੌਰ ਤੇ ਮਜ਼ਬੂਤ ਨਹੀਂ ਕਰ ਰਿਹਾ ਲੇਕਿਨ ਸਾਨੂੰ ਮੈਂਟਲੀ ਤੌਰ ਤੇ ਵੀ ਬਹੁਤ ਮਜ਼ਬੂਤ ਕਰ ਰਿਹਾ ਜੀ ਜੀ ਅਗਰ ਤੁਸੀਂ ਪਿਛਲੇ ਜਦ ਦੇ ਕੋਵਿਡ 19 ਚੱਲ ਰਿਹਾ ਤੁਸੀਂ ਅਗਰ ਉਹਨਾਂ ਦੀ ਮੌਤ ਦੀ ਦਰ ਦੇਖੋ ਤਾਂ ਇੰਨੇ ਲੋਕ ਕਰੋਨਾ ਨਾਲ ਨਹੀਂ ਮਰੇ ਹੈਗੇ ਜਿਨ੍ਹਾਂ ਨੇ ਕਰੋਨਾ ਦੇ ਜਿਹੜਾ ਸਟ੍ਰੋਕ ਹੈ ਉਹਦੇ ਨਾਲ ਮਰ ਗਏ ਜਾਂ ਤੁਸੀਂ ਕਹੋ ਕਰੋਨਾ ਦੇ ਟਰੋਮਾ ਨਾਲ ਮਰ ਗਏ ਹੈ ਸੋ ਹੋ ਕੀ ਰਿਹਾ ਕਿ ਅਸੀਂ ਮਤਲਬ ਕਰੋਨਾ ਬਾਰੇ ਇੰਨੀ ਜ਼ਿਆਦਾ ਮਤਲਬ دہشت ਫੈਲਾਤੀ ਹੈ ਜੀ ਕਿ ਜਿਹਨੂੰ ਮੈਨੂੰ ਲੱਗਦਾ ਹੈ ਕਿ ਮੈਨੂੰ ਹੋ ਗਿਆ ਉਹ ਮਾਨਸਿਕ ਤੌਰ ਤੇ ਅਸੀਂ ਇੰਨੇ ਆਲਰੇਡੀ ਵੀਕ ਹੋਏ ਪਏ ਆ ਅਸੀਂ ਉਹ ਜਿਹੜਾ ਤੱਕਾ ਉਹਨੂੰ ਝੇਲ ਹੀ ਨਹੀਂ ਪਾਉਂਦੇ ਜੀ ਉਹ ਜਿਹਦੇ ਕਰਕੇ ਮਤਲਬ ਅਸੀਂ ਮਤਲਬ ਜਾਨਾਂ ਗਵਾਈਆਂ ਜਾ ਰਹੀਆਂ ਜਿੰਨੇ ਵੀ ਬੰਦੇ ਮਰੇ ਆ ਮੈਂ ਬਹੁਤ ਕੇਸਿਸ ਮੈਂ ਪੜੇ ਹੈ ਔਰ ਕੁਝ ਆਤਮੱਤਿਆ ਵੀ ਕਰ ਗਿਆ ਉਹਨਾਂ ਨੂੰ ਪਤਾ ਲੱਗਿਆ ਕਿ ਕੋਰੋਨਾ ਹੈਗਾ ਉਹ ਆਤਮੱਤ ਕਰਿਆ ਬਾਅਦ ਚ ਉਹਨਾਂ ਦਾ ਟੈਸਟ ਆਇਆ ਨੈਗੇਟਿਵ ਆਇਆ ਸੋ ਇਸ ਤਰ੍ਹਾਂ ਦੇ ਤੁਸੀਂ ਦੇਖੋ ਇਹਨਾਂ ਦੀ ਵੀ ਫੇਰਿਸਤ ਬਹੁਤ ਲੰਬੀ ਹੈ ਬਹੁਤ ਹੀ ਇਹ ਜੇ ਮਾਮਲੇ ਦੇ ਵਿੱਚ ਜਦੋਂ ਯੋਗਾ ਇਹ ਤੁਹਾਨੂੰ ਮੈਂਟਲੀ ਬਹੁਤ ਜਿਹੜਾ ਹੈਗਾ ਪ੍ਰਪੇਅਰ ਕਰ ਦਿੰਦਾ ਜੀ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਕੋਰੋਨਾ ਕਰਕੇ ਜਿੰਨਾ ਮਤਲਬ ਅਸੀਂ ਸਟ੍ਰੈਸ 'ਚ ਜੀ ਰਹੇ ਹਾਂ ਉਹ ਸਟ੍ਰੈਸ ਨੂੰ ਐਟ ਲੀਸਟ ਘਟ ਕਰਦਾ ਦੂਸਰਾ ਇਹ ਕਿ ਕਰੋਨਾ ਵੈਸੇ ਵੀ ਉਹਨਾਂ ਲੋਕਾਂ ਲਈ ਕੋਈ ਖਤਰਨਾਕ ਨਹੀਂ ਹੈ ਜਿਨ੍ਹਾਂ ਦੀ ਬਾਡੀ ਦਾ ਸਿਸਟਮ ਮਜ਼ਬੂਤ ਹੈ ਜੀ ਸੋ ਇੱਕ ਤਾਂ ਉਹ ਇੱਕ ਇਹਦੇ ਨਾਲ ਜਦੋਂ ਜੁੜ ਜਾਂਦਾ ਹੈ ਯੋਗਾ ਤੁਹਾਨੂੰ ਅੰਦਰੋਂ ਬਹੁਤ ਮਜ਼ਬੂਤ ਬਣਾ ਦਿੰਦਾ ਫਿਜ਼ਿਕਲੀ ਵੀ ਔਰ ਕਿਉਂਕਿ ਕਰੋਨਾ ਜ਼ਿਆਦਾਤਰ ਸਾਡੇ ਜਿਹੜੇ ਸਾਹ ਪ੍ਰਣਾਲੀ ਦੇ ਵਿੱਚ ਹੀ ਅਟੈਕ ਕਰਦਾ ਔਰ ਯੋਗਾ ਜਿਹੜਾ ਹੈਗਾ ਉਹ ਸਾਹ ਪ੍ਰਣਾਲੀ ਯਾਨੀ ਹੈ ਹੀ ਉਹ ਕੀ ਹੈ ਕਿ ਤੁਸੀਂ ਸਾਂ ਕਿਸ ਤਰ੍ਹਾਂ ਲੈਣਾ ਹੈ ਉਹ ਯੋਗਾ ਦੇ ਵਿੱਚ ਉਹਦੇ ਬਹੁਤ ਸਾਰੇ ਜਿਹੜੇ ਪਾਣਾ ਯਮ ਵਗੈਰਾ ਆਸਨ ਨੇ ਉਹ ਉਹਨਾਂ ਦੀ ਬਹੁਤ ਲੰਬੀ ਲਿਸਟ ਹੈ ਅਗਰ ਮੈਨੂੰ ਲੱਗਦਾ ਕਿ ਅਸੀਂ ਇਹਨੂੰ ਰੈਗੂਲਰ ਆਪਣਾ ਫੀਚਰ ਕਰੀਏ ਇਹ ਨਹੀਂ ਕਿ ਅੱਜ ਯੋਗਾ ਦਿਵਸ ਆ ਤੇ ਯੋਗਾ ਕਰ ਲਿਆ ਤਾਂ ਓਕੇ ਹੋ ਗਈ ਗੱਲ ਇਹਨੂੰ ਤਾਂ ਅਪਣਾਉਣਾ ਪੈਣਾ ਹੈ ਰੋਜ਼ ਮਰਰਾ ਦੀ ਜ਼ਿੰਦਗੀ ਚ ਅਪਣਾਉਣਾ ਪੈਣਾ ਚਾਹੇ ਅੱਧਾ ਘੰਟਾ ਲਗਾਈਏ ਚਾਹੇ ਘੰਟਾ ਲਗਾਈਏ ਜਿੰਨਾ ਵੀ ਅਸੀਂ ਟਾਈਮ ਦੇ ਸਕਦੇ ਹਾਂ ਜੀ ਕਿਉਂਕਿ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈ। ਬਿਲਕੁਲ। ਮਤਲਬ ਤੁਸੀਂ ਪੈਸਾ ਜਿੰਨਾ ਮਰਜ਼ੀ ਕਮਾਈ ਜਾਓਗੇ, ਕੱਲ ਜੇ ਉਹ ਕਈ ਜਾਓਗੇ, ਲੇਕਿਨ ਉਹ ਤੁਹਾਡੇ ਕੰਮ ਹੀ ਕਿਸੇ ਨਹੀਂ ਆਇਆ। ਅਗਰ ਉਹ ਕੋਰੋਨਾ ਵਰਗਾ ਇੱਕ ਵਾਇਰਸ ਹੀ ਨਹੀਂ ਚੇਲ ਪਾਇਆ ਤਾਂ ਕਿਸੇ ਕੰਮ ਦਾ ਵੀ ਨਹੀਂ ਹੈ ਨਾ ਪੈਸਾ। ਸੋ ਮੈਨੂੰ ਲੱਗਾ ਕਿ ਇਹ ਜਰਾ ਇੰਪੋਰਟੈਂਟ ਹੈ ਕਿ ਜਿਹੜਾ ਯੋਗ ਦਿਵਸ ਹੈ ਜੀ ਜੀ ਇਹਨੂੰ ਇੰਨੀ ਹਾਈਪ ਹੁਣ ਕ੍ਰੀਏਟ ਹੋ ਗਈ ਹੈ ਦੀ ਕਿ ਕੱਲਾ ਇੰਡੀਆ ਚ ਨਹੀਂ ਤੁਸੀਂ ਦੇਖੋ ਅੱਜ ਕਿੰਨੇ ਕੰਟਰੀ ਨੇ ਜਿਹਦੇ ਚ ਇਹ ਮਤਲਬ ਮਨਾਇਆ ਜਾ ਰਿਹਾ ਹੈ। ਮੈਂ ਕੱਲ ਦੇਖ ਰਿਹਾ ਸੀ ਪਾਕਿਸਤਾਨ ਦੀਆਂ ਵੀ ਆਡੀਅੰਸ ਜਿਹੀਆਂ ਮੁਸਲਿਮਸ ਕੰਟਰੀ ਵੀ ਜਿਹੜੇ ਪਹਿਲਾਂ ਕਦੇ ਇਸ ਉਸ ਚ ਨਹੀਂ ਆਏ ਉਹ ਵੀ ਲਗਾਤਾਰ ਮਨਾ ਰਹੇ ਇਟ ਮੀਨਸ ਕਿ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਇਹ ਸਾਡੀ ਫਿਜ਼ਿਕ ਵਾਸਤੇ ਜਾਂ ਸਾਡੀ ਬਾਡੀ ਵਾਸਤੇ ਜਾਂ ਸਾਡੇ ਮੈਂਟਲੀ ਵਾਸਤੇ ਦਾ ਅੱਛਾ ਹੈ ਸੋ ਅਸੀਂ ਅੱਛਾ ਹੈ ਕਿ ਔਰ ਮੈਨੂੰ ਲੱਗਦਾ ਕਿ ਇਹਨੂੰ ਹੋਰ ਵਧਾਵਾ ਦੇਣਾ ਚਾਹੀਦਾ ਇੱਕ ਯੋਗ ਦਿਵਸ ਦੇ ਉੱਤੇ ਆ ਕੇ ਖਤਮ ਨਹੀਂ ਕਰ ਦੇਣਾ ਚਾਹੀਦਾ ਮੇਰਾ ਮੰਨਣਾ ਸਿਰਫ ਇਹ ਹੈ ਕਿਉਂਕਿ ਮੈਂ ਦੇਖ ਰਿਹਾ ਹਾਂ ਕਿ ਜਿਸ ਦਿਨ ਯੋਗ ਦਿਵਸ ਹੁੰਦਾ ਹੈ ਉਹ ਦਿਨ ਤਾਂ ਸਾਰੇ ਬੰਦੇ ਆਪਣੀਆਂ ਆਪਣੀਆਂ ਫੋਟੋਆਂ ਐਫਬੀ ਤੇ ਕਿਤੇ ਸਭ ਪਾਈ ਆ ਰਿਹਾ ਹੈ ਲੇਕਿਨ ਉਸ ਤੋਂ ਤੁਸੀਂ ਕੱਲ ਹੀ ਦੇਖ ਲਿਓ ਕਿ ਇਹੀ ਜਿਨ੍ਹਾਂ ਨੇ ਯੋਗ ਅੱਜ ਫੋਟੋਆਂ ਪਾਈਆਂ ਨੇ ਉਹ ਕੱਲ ਕਿੰਨੇ ਕ ਕਰਨਗੇ ਜੀ ਇਹ ਫੋਟੋਆਂ ਨਾਲ ਕੰਸਰਨ ਨਹੀਂ ਹੈਗਾ ਇਹਦਾ ਇਹਦਾ ਕੰਸਰਨ ਸਾਡੇ ਸਵਾਸਥ ਨਾਲ ਹੈ ਔਰ ਇਹਨੂੰ ਰੈਗੂਲਰ ਫੀਚਰ ਹੀ ਬਣਾਉਣਾ ਪਊਗਾ ਬਿਲਕੁਲ ਜੀ ਔਰ ਕੱਲ ਜੇ ਅਸੀਂ ਗੱਲ ਕਰੀਏ ਤੇ ਕੱਲ 21 ਜੂਨ ਨੂੰ ਪੂਰੇ ਵਿਸ਼ਵ ਦੇ ਵਿੱਚ ਸੂਰਜ ਗ੍ਰਹਿਣ ਵੀ ਦੇਖਿਆ ਗਿਆ ਸੂਰਜ ਗ੍ਰਹਿਣ ਲੱਗਾ ਹੈ ਅੰਸ਼ਿਕ ਰੂਪ ਦੇ ਵਿੱਚ ਸੂਰਜ ਗ੍ਰਹਿਣ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲੱਗਾ ਹੈ ਪੂਰੇ ਵਿਸ਼ਵ ਦੇ ਵਿੱਚ ਵੀ ਇਹਦਾ ਨਜ਼ਾਰਾ ਦੇਖਣ ਨੂੰ ਮਿਲਿਆ ਵੱਡੀ ਗੱਲ ਇਹ ਹੈ ਕਿ ਇਹ ਸੂਰਜ ਗ੍ਰਹਿਣ 900 ਸਾਲ ਬਾਅਦ ਲੱਗਾ ਹੈ ਕਿਵੇਂ ਵੇਖਦੇ ਹੋ ਦੇਖੋ ਇਸ ਤਰ੍ਹਾਂ ਦੀਆਂ ਕਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹ ਬਹੁਤ ਅਲੋਕਿਕ ਘਟਨਾਵਾਂ ਹੁੰਦੀਆਂ ਨੇ ਇਹ ਇਹਦੇ ਨਾਲ ਵੈਸੇ ਤਾਂ ਆਮ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕੋਈ ਹੋ ਨਹੀਂ ਲੇਕਿਨ ਇਹ ਇੱਕ ਅਚੰਭੀ ਤਕਰਨ ਵਾਲੀ ਚੀਜ਼ ਹੈ ਕਿ ਹਾਂ ਅਸੀਂ ਉਹ ਚੀਜ਼ ਦੇਖੀਏ ਜਾਂ ਮੈਪ ਕੀ ਆਪਣੀ ਲਾਈਫ ਚੋ ਦੇਖ ਪਾਇਆ ਕਿ ਨਹੀਂ ਦੇਖਤਾ ਇਸ ਗੱਲ ਦਾ ਹੀ ਨਜ਼ਾਰਾ ਹੈ ਤੁਸੀਂ ਦੇਖੋ ਸਾਰੇ ਅਖਬਾਰਾਂ ਨੇ ਜਾਂ ਟੀਵੀ ਨਿਊਜ਼ ਐਂਕਰਸ ਨੇ ਜਾਂ ਜੋ ਵੀ ਹੈ ਉਹਨਾਂ ਇੱਕ ਨਜ਼ਾਰਾ ਹੀ ਬੋਲ ਰਹੇ ਹੈ ਕਿ ਸੂਰਗ ਗ੍ਰੈਂਡ ਦਾ ਇੱਕ ਨਜ਼ਾਰਾ ਕਿਉਂਕਿ ਉਹ ਤੁਸੀਂ ਦੇਖੋ ਅਸੀਂ ਤਾਂ ਬਹੁਤ ਲੱਕੀ ਆ ਕੀ ਜਿਹੜੇ ਅਸੀਂ ਚੰਡੀਗੜ੍ਹ ਔਰ ਇਸ ਰੀਜਨ ਦੇ ਆ ਜਿਸ ਚ ਇਹ ਪੂਰਾ ਦਿਖਿਆ ਹੈ ਜੀ ਮਤਲਬ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਯਾਨੀ ਰਿੰਗ ਫਾਇਰ ਤੱਕ ਮਤਲਬ ਉਹਨਾਂ ਨੂੰ ਦੇਖਣ ਨੂੰ ਨਸੀਬ ਹੋਈ ਹੈ ਸੋ ਬਹੁਤ ਲੋਕ ਲੱਕੀ ਨਹੀਂ ਵੀ ਹੈਗੇ ਨਾ ਜੀ ਜੀ ਤਾਂ ਇਹ ਇਸ ਕਰਕੇ ਵੀ ਮੈਨੂੰ ਲੱਗਦਾ ਕਿ ਇਹਦੀ ਇੰਪੋਰਟੈਂਸ ਹੈ ਜੀ ਬਹੁਤ ਸਾਰੇ ਬੱਚੇ ਸਿਰਫ ਅਖਬਾਰਾਂ ਜਾਂ ਸਾਇੰਸ ਦੀ ਕਿਤਾਬਾਂ ਜਦੋਂ ਛੋਟੇ ਹੁੰਦੇ ਉਹ ਪਤਾ ਹੁੰਦਾ ਵੀ ਸੂਰਜ ਗ੍ਰਹਿਣ ਹੈ ਹੁੰਦਾ ਜਾਂ ਚੰਦਰ ਗ੍ਰਹਿਣ ਹੈ ਹੁੰਦਾ ਲੇਕਿਨ ਕਿਉਂਕਿ ਕਈ ਕਈ ਸਾਲ ਉਹ ਲੱਗਦਾ ਤਾਂ ਹੈ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਚੀਜ਼ ਕੀ ਹੁੰਦੀ ਹੈ ਸੋ ਜਦੋਂ ਅੱਜ ਉਹ ਪੜ੍ਹਦੇ ਵੀ ਔਰ ਦੇਖਦੇ ਵੀ ਹੈ ਤਾਂ ਉਹ ਕੋਰਿਲੇਟ ਕਰ ਪਾਂਦਾ ਕਿ ਹਾਂ ਇਹ ਇਸ ਤਰ੍ਹਾਂ ਹੁੰਦਾ ਸੋ ਮੈਨੂੰ ਲੱਗਦਾ ਕਿ ਅੱਜ ਇੰਨਾ ਕੁਝ ਲਿਖਿਆ ਹੋਊਗਾ ਅਖਬਾਰਾਂ ਦੇ ਵਿੱਚ ਜਾਂ ਉਹਨਾਂ ਨੇ ਖੁਦ ਟੀਵੀ ਤੇ ਚੈਨਲਸ ਤੇ ਦੇਖਿਆ ਹੋਣਾ ਖਬਰਾਂ 'ਚ ਦੇਖਿਆ ਹੋਣਾ ਸਪੈਸ਼ਲ ਪ੍ਰੋਗਰਾਮਸ ਤੇ ਦੇਖਿਆ ਹੋਣਾ ਕਿ ਕੀ ਹੁੰਦਾ ਸੂਰਜ ਗ੍ਰਹਿਣ ਇੰਨੀ ਜਾਣਕਾਰੀ ਅੱਜ ਉਹਨਾਂ ਨੂੰ ਮਿਲੀ ਹੋਣੀ ਉਸ ਕਲਾਸ ਦੇ ਬੱਚਿਆਂ ਨੂੰ ਉਹ ਮੈਨੂੰ ਨਹੀਂ ਲੱਗਦਾ ਕਿ ਅੱਗੇ ਤੋਂ ਉਹਨਾਂ ਨੂੰ ਕੋਈ ਯਾਦ ਕਰਨ ਦੀ ਲੋੜ ਵੀ ਪੈਗੀ ਉਹ ਹੁਣ ਫੋਰ ਏਵਰ ਉਹਨਾਂ ਦੇ ਜ਼ਿਹਨ ਵਿੱਚ ਬੈਠ ਗਿਆ ਹੈ ਜੀ ਅਤੇ ਜਦੋਂ ਮਰਜ਼ੀ ਉਹ ਚਾਏ ਕਿੰਨਾ ਮਰਜ਼ੀ ਐਕਸਪਲੇਨ ਕਰਦੇ ਨੇ ਉਹਨੂੰ ਮੈਂ ਤੁਹਾਨੂੰ ਕਿਹਾ ਕਿ ਕਿਉਂਕਿ ਉਹਨਾਂ ਨੇ ਸਭ ਸੁਨੇ ਹੈ ਜੀ ਅਤੇ ਜਦੋਂ ਤੁਸੀਂ ਸੁਣ ਲੈਂਦੇ ਹੋ ਕੋਈ ਚੀਜ਼ ਔਰ ਬਹੁਤ ਮੈਂ ਇਕਾਗਰ ਹੋ ਕੇ ਤੁਸੀਂ ਅਗਰ ਚੀਜ਼ ਨੂੰ ਦੇਖ ਰਹੇ ਹੋ ਔਰ ਸੁਣ ਰਹੇ ਹੋ ਤਾਂ ਉਹ ਚੀਜ਼ ਕਦੇ ਜ਼ਿਹਨ ਚੋਂ ਨਿਕਲਦੀ ਨਹੀਂ ਸੋ ਇਹ ਬਿਲਕੁਲ ਉਸੇ ਤਰ੍ਹਾਂ ਦੀ ਚੀਜ਼ ਹੈ ਬਹੁਤ ਲੌਕਿਕ ਨਜ਼ਾਰਾ ਹੈ ਮੈਨੂੰ ਵੀ ਲੱਗਿਆ ਕਿ ਅਸੀਂ ਬੜੇ ਉਹਦੇ ਵਿੱਚ ਕਿ ਅਸੀਂ ਇਹਨੂੰ ਦੇਖ ਪਾਏ ਔਰ ਜਿਵੇਂ ਆ ਰਿਹਾ ਕਿ ਅਗਲੇ 11 ਸਾਲ ਬਾਅਦ ਹੁਣ ਇਸ ਦਸ਼ਕ ਚ ਨਹੀਂ ਲੱਗੇਗਾ ਹੁਣ ਭਾਵੇਂ ਕਿ ਇਸ ਦਸ਼ਕ ਦੇ ਸ਼ੁਰੂਆਤੀ ਦੌਰ ਚ ਪਰ ਪੂਰਾ ਦਸ਼ਕ ਤੁਸੀਂ ਦੇਖੋ ਇਹ ਨਹੀਂ ਦੇਖੇਗਾ ਹੁਣ 31 ਚ ਦੇਖਣਾ ਹੈ ਜੀ ਤੇ ਕਿੰਨੇ ਲੋਕ ਹੋਣਗੇ ਜਿਹੜੇ ਨਹੀਂ ਦੇਖ ਪਣਗੇ ਬਿਲਕੁਲ ਲੇਕਿਨ ਇਹ ਇੱਕ ਕਿਉਂਕਿ ਨਜ਼ਾਰੇਦਾਰ ਚੀਜ਼ ਹੈ ਇਸ ਕਰਕੇ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਇਹਦਾ ਆਨੰਦ ਵੀ ਬਹੁਤ ਲੱਗਾ ਹੈਗਾ। ਬਿਲਕੁਲ ਜੀ ਵਦਿਆਂ ਅਗਲੀ ਖਬਰ ਦੇ ਵੱਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਚੀਨ ਸੀਮਾ ਵਿਵਾਦ ਚੱਲ ਰਿਹਾ ਹੈ ਔਰ ਇਸੇ ਦੇ ਚੱਲਦਿਆਂ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ੁਰਾਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਔਰ ਚੀਫ ਆਫ ਡਿਫੈਂਸ ਜਨਰਲ ਵਿਪਨ ਰਾਵਤ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਨਾਲ ਦੇ ਨਾਲ ਉਹਨਾਂ ਨੇ ਤਿੰਨਾਂ ਸੈਨਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਔੜ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕਰਾਂਗੇ। ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਤਰਸਦੀ ਪੂਰਨ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਕਿ ਮਤਲਬ ਜਦੋਂ ਅਸੀਂ ਕਹਿੰਦੇ ਹਾਂ ਵੀ ਇੱਕ ਜਿਹੜੇ ਦੋਸਤ ਤਾਂ ਬਦਲੇ ਜਾ ਸਕਦੇ ਆ ਲੇਕਿਨ ਪੜੋਸੀ ਨਹੀਂ ਬਦਲੇ ਜਾ ਸਕਦਾ ਉਹ ਸਾਰੇ ਦੌਰ ਦੇ ਵਿੱਚ ਮਤਲਬ ਪਾਕਿਸਤਾਨ ਨਾਲ ਵੀ ਸਾਡਾ ਉਸ ਤਰ੍ਹਾਂ ਦਾ ਹੀ ਮਤਲਬ ਚੁਮੇਲਾ ਹੈ ਔਰ ਚਾਈਨਾ ਨਾਲ ਵੀ ਹੈ ਔਰ ਚਾਈਨਾ ਤਾਂ ਬਲਕਿ ਸਾਡੂੰ ਜਿਆਦਾ ਵੱਡਾ ਥ੍ਰੈਟ ਹੈ ਪਾਕਿਸਤਾਨ ਸਾਡੀ ਇਡੀ ਥ੍ਰੈਟ ਨਹੀਂ ਹੈ ਜਿੰਨੀ ਪਾਕਿਸਤਾਨ ਚਾਈਨਾ ਵੱਡੀ ਥ੍ਰੈਟ ਹੈ ਉਸ ਮਤਲਬ ਪੀਰੀਅਡ ਚ ਅਸੀਂ ਅਗਰ ਲੰਘ ਰਹੀਆਂ ਲੰਘ ਰਹੇ ਹਾਂ ਤਾਂ ਔਰ ਉਹਦੇ ਵਿੱਚ ਮਤਲਬ ਜਿਹੜਾ ਕੱਲ ਡਿਫੈਂਸ ਮਿਨਿਸਟਰ ਸਾਹਿਬ ਨੇ ਕਿਹਾ ਹੈ ਜੀ ਉਤੇ ਹੁਣ ਖੁੱਲ ਹੋਏਗੀ ਜੀ ਸੋ ਇਹ ਬਹੁਤ ਲੰਬੇ ਸਮੇਂ ਬਾਅਦ ਪਾਲਿਸੀ ਚ ਚੇਂਜ ਹੈ ਜੀ ਜੀ ਅ 62 ਦੀ ਲੜਾਈ ਤੋਂ ਬਾਅਦ ਹੀ ਮਤਲਬ ਖਾਸ ਤੌਰ ਤੇ ਜਿਹੜੀ ਐਲ ਐ ਸੀ ਹੈ ਇਹ ਇਸ ਤੇ ਕੋਈ ਵੀ ਆ ਸਕਦਾ ਸੀ ਕਿਉਂਕਿ ਉਹ ਐਲ ਐ ਸੀ ਬਿਲਕੁਲ ਇਗਜ਼ੈਕਟ ਸਿੱਧੀ ਨਹੀਂ ਹੈ ਉਹ ਕਦੇ ਅੰਦਰ ਚਲੀ ਜਾਂਦੀ ਹੈ ਚਾਈਨਾ ਦੇ ਕਿਤੇ ਫਿਰ ਬਾਹਰ ਆ ਜਾਂਦੀ ਹੈ ਉਹ ਜ਼ਿਗਜ਼ੈਗ ਟਾਈਪ ਹੈ ਜੀ ਸੋ ਉਹਦੇ ਚ ਇਹੀ ਤੈ ਹੋਇਆ ਸੀ ਵੀ ਇੱਥੇ ਕੋਈ ਵੀ ਹਥਿਆਰ ਲੈ ਕੇ ਨਹੀਂ ਜਾਏਗਾ ਉਹ ਇੱਧਰ ਆ ਜਾਣ ਇਹ ਉੱਧਰ ਚਲੇ ਜਾਣ ਜੀ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਐਲਏਸੀ ਹੈ ਇਹਦੇ ਵਿੱਚ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਸਾਡੇ ਕੋਲ ਕ੍ਰੀਏਟ ਕੀਤਾ ਹੋਇਆ ਜੀ ਇਨਫਰਾਸਟ੍ਰਕਚਰ ਚਾਈਨਾ ਨੇ ਪਹਿਲਾਂ ਬਣਾਇਆ ਔਰ ਲੇਕਿਨ ਅਸੀਂ ਉਦੋਂ ਇਹਦਾ ਕੋਈ ਵਿਰੋਧ ਨਹੀਂ ਕੀਤਾ ਜੀ ਜਾਂ ਅਸੀਂ ਕਿਉਂਕਿ ਉਹ ਆਪਣੀ ਉਹਦੇ ਚ ਹਦੂਦ ਚ ਬਣਾ ਰਿਹਾ ਸੀ ਤਾਂ ਸਾਨੂੰ ਇਹ ਲੱਗਿਆ ਕਿ ਸਾਨੂੰ ਵਿਰੋਧ ਕਰਨ ਦੀ ਲੋੜ ਨਹੀਂ ਹੈ ਜੀ ਪਰ ਹੁਣ ਜਦੋਂ ਅਸੀਂ ਵੀ ਬਣਾ ਰਹੇ ਹਾਂ ਹੂੰ ਪਿਛਲੇ 6-7 ਸਾਲ ਤੋਂ ਇੰਡੀਆ ਵੀ ਚਾਈਨਾ ਦੇ ਬਾਰਡਰ ਦੇ ਨਾਲ-ਨਾਲ ਇੱਕ ਪੱਕਾ ਇਨਫਰਾਸਟ੍ਰਕਚਰ ਤਿਆਰ ਕਰ ਰਿਹਾ ਹੈ ਤਾਂ ਕਿ ਅਗਰ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ ਕੋਈ ਲੜਾਈ ਹੈ ਕੋਈ ਕੁਝ ਹੈ ਤਾਂ ਅਸੀਂ ਵੀ ਤਾਂ ਆਪਣੀ ਸੈਨਾ ਨੂੰ ਲੈ ਕੇ ਜਾਣਾ ਨਾ ਹੋਵੇ ਤਾਂ ਕਿਵੇਂ ਲੈ ਕੇ ਜਾਵਾਂਗੇ ਜਦ ਤੱਕ ਸਰਕਲ ਇਨਫਰਾਸਟ੍ਰਕਚਰ ਹੀ ਨਹੀਂ ਹੋਏਗਾ ਹੁਣ ਜਦੋਂ ਇਨਫਰਾਸਟ੍ਰਕਚਰ ਬਣ ਗਿਆ ਇਹ ਉਹਨੂੰ ਚੁਭ ਰਿਹਾ ਜੀ ਕਿ ਇੰਡੀਆ ਵੀ ਇਹਦਾ ਮਤਲਬ ਸਾਡੇ ਜਿੰਨਾ ਹੀ ਪਾਵਰਫੁਲ ਹੁੰਦਾ ਜਾ ਰਿਹਾ ਹੂੰ ਸੋ ਹੈ ਵੀ ਜੀ ਔਰ ਹੁੰਦਾ ਵੀ ਜਾ ਰਿਹਾ ਔਰ ਹੋਣਾ ਵੀ ਚਾਹੀਦਾ ਲੋਕਾਂ ਨੂੰ ਮਤਲਬ ਕਿਉਂ ਕੰਟਰੀ ਆਪਣੀਆਂ ਜਿਹੜੇ ਸਾਡੇ ਬਾਰਡਰਸ ਨੇ ਕਿਉਂ ਆਪਣੇ ਮਜ਼ਬੂਤ ਰੱਖਦੇ ਆਪਣੀ ਸੁਰੱਖਿਆ ਹੈ ਨਾ ਸਾਡੀ ਜੀ ਔਰ ਅਸੀਂ ਖਾਸ ਤੌਰ ਤੇ ਜਦੋਂ ਦੁਸ਼ਮਣ ਕੰਟਰੀਆਂ ਦੇ ਵਿੱਚ ਫਸੇ ਹੋਏ ਕੰਟਰੀਆਂ ਤਾਂ ਸਾਨੂੰ ਇੱਕ ਰੱਖਣ ਦੀ ਲੋੜ ਵੀ ਤਾਂ ਪੈ ਗਈ ਸੀ ਤਿਆਰੀ ਕਰਨੀ ਪੈਗੀ ਜੀ ਕੱਲ ਹੁਣ ਜਿਹੜੀ ਮੀਟਿੰਗ ਡਿਫੈਂਸ ਮਿਨਿਸਟਰ ਸਾਹਿਬ ਨੇ ਕੀਤੀ ਹੈ ਉਹ ਦੋ ਚੀਜ਼ਾਂ ਤੋਂ ਇੰਪੋਰਟੈਂਟ ਇੱਕ ਤਾਂ ਇਹ ਜੀ ਕਿ ਕਿਉਂਕਿ ਕੱਲ ਉਹਨਾਂ ਨੇ ਇੱਕ ਤਾਂ ਕਿਹਾ ਤਾਂ ਕਿ ਠੀਕ ਹੈ ਹਥਿਆਰ ਲਿ ਜਾ ਸਕਦੇ ਹੋ ਤੁਸੀਂ ਔਰ ਹੁਣ ਤੱਕ ਮੈਂ ਤੁਹਾਨੂੰ ਦੱਸਿਆ ਕਿ 62 ਤੋਂ ਬਾਅਦ ਹਥਿਆਰ ਲੈ ਕੇ ਨਹੀਂ ਜਾ ਪਾ ਰਹੇ ਸੀ ਅਸੀਂ ਉੱਤੇ ਉਹ ਸਿਰਫ ਡੰਡਾ ਜਾਇਕ ਕਹਿੰਦੇ ਸੀ ਉਹਦੇ ਨਾਲ ਹੀ ਪੈਟਰੋਲਿੰਗ ਕਰਦੇ ਸੀ ਉਹਨਾਂ ਕੋਲ ਵੀ ਇਸੇ ਤਰ੍ਹਾਂ ਦੇ ਸੀ ਲੇਕਿਨ ਇਹਦਾ ਉਲੰਘਣ ਉਹਨਾਂ ਨੇ ਕੀਤਾ ਜੀ ਆਪਾਂ ਉਹਦਾ ਜਵਾਬ ਨਹੀਂ ਦੇ ਪਾਏ ਇਸੇ ਕਰਕੇ ਸਾਡੇ ਬਹੁਤ ਸਾਰੇ ਸੈਨਿਕ ਜਿਹੜੇ ਹੈ ਉਹ ਸ਼ਹੀਦ ਹੋ ਗਏ ਆ ਜੀ ਕੱਲ ਅਗਰ ਤੁਸੀਂ ਪੜਿਆ ਹੋਏਗਾ ਕੱਲ ਸਾਰੇ ਖਬਰਾਂ 'ਚ ਸੀ ਪਰਸੋਂ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਕਿਹਾ ਜੀ ਕਿ ਇਹਨੂੰ ਚੇਂਜ ਕਰੋ ਪਾਲਿਸੀ ਨੂੰ ਇਹ ਜੀ ਤੋਂ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਇੰਨੀ ਅਜਿਨਲ ਗੱਲ ਮੰਨ ਲਈ ਗਈ ਹੈ ਕਿਉਂਕਿ ਮੈਨੂੰ ਲੱਗਦਾ ਪੂਰੇ ਕੰਟਰੀ ਤੇ ਅਗਰ ਜੇ ਤੁਸੀਂ ਕਹੋ ਕਿ ਫੌਜੀ ਇੱਕ ਸੀਐਮਬੀ ਹੈ ਤਾਂ ਉਹ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੀ ਹੋਰ ਤਾਂ ਕੋਈ ਹੈ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਇਸ ਚੀਜ਼ਾਂ ਦੀ ਨੌਲੇਜ ਵੀ ਜ਼ਿਆਦਾ ਹੈ ਸਮਝ ਵੀ ਜ਼ਿਆਦਾ ਹੈ ਔਰ ਉਹਨਾਂ ਨੇ ਜੋ ਇਸ ਕੱਲ ਨੂੰ ਮਹਿਸੂਸ ਕੀਤਾ ਔਰ ਖੁਦ ਉਹ ਐਲਐਸੀ ਤੇ ਉਹਨਾਂ ਨੇ ਕੱਲ ਕਿਹਾ ਵੀ ਮੈਂ 2 ਸਾਲ ਜੀ ਐਲਐਸੀ ਐਲਐਸੀ ਤੇ ਆਪਣੀ ਮਤਲਬ ਪਰੀ ਪੋਸਟਿੰਗ ਰਹੀ ਹੈ ਸੋ ਉਹਨਾਂ ਨੂੰ ਜਿਹੜੀਆਂ ਇਹ ਦਿੱਕਤਾਂ ਨੇ ਉਹ ਹੋ ਸਕਦਾ ਕਿ ਦਿੱਲੀ ਚ ਬੈਠੇ ਕਿਸੇ ਬੰਦੇ ਨੂੰ ਨਾ ਪਤਾ ਹੋਵੇ ਜੀ ਬਿਲਕੁਲ ਲੇਕਿਨ ਉਥੇ ਜਿਹੜਾ ਬੰਦਾ ਰਿਹਾ ਉਹਨੂੰ ਪਤਾ ਹੋ ਜਾਂਦੀ ਹੈ ਕਿ ਹਾਂ ਕੱਲ ਨੂੰ ਅਗਰ ਇਸ ਤਰ੍ਹਾਂ ਦੀ ਦਿੱਕਤ ਆ ਗਈ ਕੋਈ ਉਹਨਾਂ ਦੀ ਟੁਕੜੀ ਵੱਡੀ ਉਸਤੇ ਹਮਲਾ ਕਰਦੇ ਤਾਂ ਹੁਣ ਸਾਡੇ ਕੋਲ ਕੀ ਹਉਥੇ ਬਿਲਕੁਲ ਸਿਵਾਏ ਹੈਂਡ ਟੂ ਹੈਂਡ ਲੜਨ ਦੇ ਤਾਂ ਸਾਡੇ ਕੋਲ ਕੁਝ ਹੈ ਨਹੀਂ ਲੇਕਿਨ ਅਗਰ ਉਹਨਾਂ ਕੋਲੇ ਹਥਿਆਰ ਨੇ ਤਾਂ ਤੁਸੀਂ ਕਿੰਦਾ ਲੜੋਗੇ ਜੀ ਤਾਂ ਯਾਨੀ ਕਿ ਸਾਨੂੰ ਉਸ ਤਰ੍ਹਾਂ ਦੀ ਤਿਆਰੀ ਤਾਂ ਕਰਨੀ ਹੀ ਪਵੇਗੀ ਸੋ ਇਹ ਇੱਕ ਅੱਛਾ ਫੈਸਲਾ ਹੈ ਔਰ ਦੂਸਰਾ ਇਸ ਮੀਟਿੰਗ ਦਾ ਪਰਪਸ ਇੱਕ ਹੋਰ ਵੀ ਸੀ ਕਿ ਕਿਉਂਕਿ ਅੱਜ ਹੀ ਉਹਨਾਂ ਨੇ ਰਸ਼ੀਆ ਦੇ ਵਿੱਚ ਵੀ ਜਾਣਾ ਉੱਥੇ ਜਿਹੜੀ ਸੈਕੰਡ ਵਰਲਡ ਵਾਰ ਹੈ ਉਹਦਾ ਉਹਦੀ ਜਿੱਤ ਦਾ ਮਤਲਬ ਇੱਕ ਜਸ਼ਨ ਰੱਖੇ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਮਨਾਣਾ ਹੈ ਤੇ ਕਿਉਂਕਿ ਹੁਣ ਰਸ਼ੀਆ ਪਰਲੇ ਪਾਸੋਂ ਔਰ ਉਰਲੇ ਪਾਸੋਂ ਅਸੀਂ ਚਾਈਨਾ ਦੇ ਬਾਰਡਰ ਤੇ ਬੈਠੇ ਆਂ ਸੋ ਇਹ ਇਸ ਮੌਕੇ ਤੇ ਜਦੋਂ ਕਿ ਚਾਈਨਾ ਨਾਲ ਹੁਣ ਸਾਡਾ ਅਸੀਂ ਵਾਰ ਦੀ ਸਿਚੁਏਸ਼ਨ 'ਚ ਖੜੇ ਆਂ ਤਾਂ ਅਸੀਂ ਆਪਣੇ ਇਹ ਜੇ ਮੁਲਕ ਜਿਹੜੇ ਸਾਡੇ ਦੋਸਤ ਰਹੇ ਐ ਉਹਨਾਂ ਨਾਲ ਵੀ ਜਿਹੜੀ ਹੈਗੀ ਐ ਉਹ ਵਧਾਣੀ ਪੈਗੀ ਸਾਨੂੰ ਉਹ ਉਹਨਾਂ ਤੋਂ ਚਾਹੇ ਸਾਨੂੰ ਹਥਿਆਰ ਲੈਣੇ ਪੈਣ ਕਿਉਂਕਿ ਰਸ਼ੀਆ ਹੀ ਕੇ ਜਾਂ ਕੰਟਰੀ ਜਿਸ ਤੋਂ ਅਸੀਂ ਸਭ ਤੋਂ ਜ਼ਿਆਦਾ ਹਥਿਆਰ ਹੁਣ ਤੱਕ ਲੈਂਦੇ ਰਹੇ ਆ ਚਲੋ ਹੁੰਦਾ ਅਮਰੀਕਾ ਜਾਂ ਫਰਾਂਸ ਤੋਂ ਵੀ ਸ਼ੁਰੂ ਕਰਦੇ ਲੇਕਿਨ ਪਹਿਲਾਂ ਸਾਡਾ ਰਸ਼ੀਆ ਹੀ ਰਿਹਾ ਹੈ ਸਭ ਤੋਂ ਵੱਡਾ ਜਿਹੜਾ ਸਾਨੂੰ ਦਿੱਤਾ ਹੁਣ ਕੱਲ ਵੀ ਡਿਫੈਂਸ ਮਿਨਿਸਟਰ ਸਾਹਿਬ ਨੇ ਕਿਹਾ ਕਿ ਅਸੀਂ 500 ਕਰੋੜ ਦੇ ਹਥਿਆਰ ਉੱਥੇ ਲਈ ਖਰੀਦਾਂਗੇ ਹੋਰ ਤੋਂ ਇਹ ਜ਼ਿਆਦਾਤਰ ਮੈਨੂੰ ਲੱਗਦਾ ਕਿ ਰਸ਼ੀਆ ਹੀ ਸਾਡਾ ਕਿਉਂਕਿ ਤੁਹਾਨੂੰ ਦਿੰਦਾ ਹੈ ਜੀ ਤੇ ਇਹਦਾ ਵੀ ਗੱਲਬਾਤ ਉੱਤੇ ਹੋਏਗੀ ਨਾ ਛੇਤੀ ਬਿਲਕੁਲ ਜੀ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰੀਏ ਤਾਂ ਡੋਨਲਡ 트ੰਪ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਭਾਰਤ-ਚੀਨ ਵਿਵਾਦ ਦੇ ਉੱਪਰ ਪੈਣੀ ਨਜ਼ਰ ਹੈ ਤੇ ਉਹ ਵਿਚੋਲਗੀ ਵੀ ਕਰ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਚੋਲਗੀ ਜਿਹੜੀ ਹੈ ਇਹ ਕੀ ਇਸ ਮੁੱਦੇ ਨੂੰ ਸੁਲਝਾ ਪਾਏਗੀ ਦੇਖੋ ਜਦੋਂ ਵੀ ਕਿਉਂਕਿ ਹੁਣ ਕੋਈ ਵੀ ਕੰਟਰੀ ਜਦੋਂ ਕਿ ਅਸੀਂ ਸਾਰੇ ਨਿਊਕਲੀਅਰ ਪਾਵਰ ਕੰਟਰੀਆਂ ਮਤਲਬ ਚਾਈਨਾ ਵੀ ਹੈ ਅਸੀਂ ਵੀ ਆ ਪਾਕਿਸਤਾਨ ਵੀ ਹੈ ਅਮਰੀਕਾ ਵੀ ਹੈ ਰਸ਼ੀਆ ਵੀ ਸਾਰੇ ਜਦੋਂ ਇਸ ਕਿਸਮ ਦਾ ਵਿਵਾਦ ਹੋ ਜਾਂਦਾ ਹੈ ਤਾਂ ਨੈਚੁਰਲੀ ਹੈ ਕਿ ਇਹਦਾ ਇੰਪੈਕਟ ਤਾਂ ਹੋਏਗਾ ਨਹੀਂ ਕਿ ਇੰਡੀਆ ਔਰ ਚਾਈਨਾ ਤੇ ਹੋਏਗਾ ਇਹਦਾ ਇੰਪੈਕਟ 올 ਓਵਰ ਵਰਲਡ ਹੋਣਾ ਹੈ ਬਿਲਕੁਲ ਔਰ ਪਹਿਲਾ ਹੀ ਅਸੀਂ ਪਰਮਾਣੂ ਯੁੱਧ ਦਾ ਇੱਕ ਉਹ ਦੇ ਦੰਸ਼ ਚੇਲ ਚੁੱਕੇ ਹਾਂ ਜੀ ਜੀ ਅੱਜ ਮਤਲਬ ਉਹਨਾਂ ਗੱਲਾਂ ਨੂੰ 70 70 ਸਾਲ ਬੀਤ ਗਏ ਪਰ ਅੱਜ ਵੀ ਉਹ ਜਿਹੜੇ ਲੋਕ ਨੇ ਉਹਤੇ ਪ੍ਰੋਪਰ ਉਸ ਤਰ੍ਹਾਂ ਦੀ ਹੈਲਦੀ ਨਹੀਂ ਹੈ ਜਿਸ ਤਰ੍ਹਾਂ ਦੇ ਪਹਿਲਾਂ ਸੀ ਮਤਲਬ ਉਹਦਾ ਯਾਨੀ ਕਿ ਅਸਰ ਹਜੇ ਵੀ ਹੈ ਤਾਂ ਅੱਜ ਇਸ ਕਰਕੇ ਕੋਈ ਵੀ ਕੰਟਰੀ ਜਿਹੜਾ ਹੈ ਉਹ ਇਸ ਕਿਤੇ ਵੀ ਮਤਲਬ ਵਰਲਡ ਦੇ ਕਿਸੇ ਵੀ ਖਿੱਤੇ ਦੇ ਵਿੱਚ ਇਸ ਕਿਸਮ ਦੀ ਅਗਰ ਟੈਨਸ਼ਨ ਹੋਏਗੀ ਤਾਂ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਇਸ ਪੋਜੀਸ਼ਨ 'ਚ ਹੋਏਗਾ ਕਿ ਉਹ ਇਹ ਨਾ ਆਫਰ ਕਰੇ ਕਿ ਜੀ ਮੈਂ ਮਤਲਬ ਵਿੱਚ ਪੈਣਾ ਜੇ ਮੈਂ ਹਸਲਾ ਹਸ ਕਲ ਕਰਾ ਸਦਾ ਤਾਂ ਮੈਂ ਕਰਵਾ ਦੇਣਾ ਜੀ ਜੋ ਵੀ ਹੈ ਤਾਂ ਟਰੰਪ ਹੋਰ ਹੁੰਦਾ ਸਿਰਫ ਉਦਾਂ ਹੀ ਹੈ ਜੀ ਦੂਜਾ ਮੈਨੂੰ ਇਹ ਲੱਗਦਾ ਕਿ ਜਿਹੜੇ ਯੁੱਧ ਹੁੰਦੇ ਹਨਾ ਯੁੱਧ ਹੋਣ ਤੋਂ ਬਾਅਦ ਅਗਰ ਸਭ ਤੋਂ ਜ਼ਿਆਦਾ ਇਫੈਕਟ ਕੋਈ ਚੀਜ਼ ਹੁੰਦੀ ਹੈ ਉਹ ਹੁੰਦਾ ਬਿਜ਼ਨਸ ਬਿਲਕੁਲ ਔਰ ਅਮਰੀਕਾ ਜਿਹੜਾ ਹੈ ਉਹ ਵੱਡਾ ਬਿਜ਼ਨਸ ਕੰਟਰੀ ਹੈ ਉਹ ਜਿਹਦੇ ਮਤਲਬ ਚਾਈਨਾ ਚ ਵੀ ਉਨੀ ਕੰਪਨੀਆਂ ਕੰਮ ਕਰ ਰਹੀਆਂ ਇੰਡੀਆ ਚ ਵੀ ਉਨਿੰ ਇਹ ਦੋ ਮੰਡੀਆਂ ਉਹਦੇ ਵਾਸਤੇ ਵੱਡੀਆਂ ਜੀ ਅਗਰ ਇੱਥੇ ਕੁਝ ਹੋਇਆ ਤਾਂ ਉਸ ਤੇ ਵੀ ਅਸਰ ਆਏਗਾ ਇਹਦਾ ਸੋ ਮੈਨੂੰ ਲੱਗਦਾ ਕਿ ਉਹ ਨਹੀਂ ਚਾਹੁੰਦਾ ਹੋਣਾ ਇਸ ਤਰ੍ਹਾਂ ਦਾ ਕਿ ਕਿਉਂਕਿ ਇੱਕ ਤਾਂ ਕਰੋਨਾ ਕਰਕੇ ਬਹੁਤ ਸਾਰਾ ਸਲੋ ਡਾਊਨ ਆਲਰੇਡੀ ਚੱਲ ਰਿਹਾ ਹੈ ਅੱਛਾ ਔਰ ਇਸ ਤਰ੍ਹਾਂ ਦਾ ਇੱਕ ਹੋਰ ਮਾਹੌਲ ਖੜਾ ਹੋ ਜਾਏ ਜਦੋਂ ਕਿ ਅਸੀਂ ਜਿਹੜੀ ਇਕਨੋਮੀ ਸਾਡੀ ਪਟਰੀ ਤੇ ਆਣੀ ਹੈ ਉਸ ਦੀ ਬਜਾਏ ਅਸੀਂ ਹੋਰ ਡੀਰੀਲ ਕਰੀਏ ਤਾਂ ਉਸ ਸਿਚੁਏਸ਼ਨ 'ਚ ਅਸੀਂ ਜਾਣਾ ਜਾ ਨਹੀਂ ਸਕਦੇ ਇਸ ਟਾਈਮ ਤੇ ਇਸ ਕਰਕੇ ਵੀ ਮੇਰਾ ਖਿਆਲ ਹੈ ਕਿ ਜੋ 트੍ਰੰਪ ਹੋਰਾਂ ਨੇ ਆਫਰ ਕੀਤੀ ਹੈ ਸੋ ਉਹ ਕੀਤੀ ਹੈ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਇਸ ਦੀ ਲੋੜ ਪਵੇਗੀ ਦੋਨੋਂ ਚਾਈਨਾ ਹੋਵੇ ਚਾਹੇ ਇੰਡੀਆ ਹੋਵੇ ਦੋਨੋਂ ਸਿਆਣੇ ਮੁਲਕ ਹੈ ਔਰ ਬੈਠ ਕੇ ਅਲਟੀਮੇਟਲੀ ਬੈਠ ਕੇ ਗੱਲਬਾਤ ਨਾਲ ਹੀ ਕਿਸੇ ਵੀ ਇਸ ਦਾ ਹੱਲ ਹੁੰਦਾ ਉਹ ਹੋਏਗਾ ਜੀ ਇਹਦੀ ਮੈਨੂੰ ਪੂਰੀ ਆਸ਼ਾ ਹੈ ਜੀ ਹੋਏਗਾ ਵੱਧਿਆਂ ਜੀ ਅਗਲੀ ਖਬਰ ਦੀਵਾ ਲੱਗ ਰਹੀ ਖਬਰ ਜਿਹੜੀ ਆ ਉਹ ਕਰੋਨਾ ਦੇ ਨਾਲ ਸੰਬੰਧਤ ਹੈ ਵਿਸ਼ਵ ਦੇ 81 ਦੇਸ਼ਾਂ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਔਰ ਪਿਛਲੇ ਦਿਨੀ ਨਿਊਜ਼ੀਲੈਂਡ ਜਿਹੜਾ ਕਰੋਨਾ ਮੁਕਤ ਦੇਸ਼ ਡਿਕਲੇਅਰ ਕੀਤਾ ਗਿਆ ਸੀ ਲੇਕਿਨ ਹੁਣ ਉੱਥੇ ਵੀ ਫੇਰ ਤੋਂ ਕੇਸ ਆਉਣੇ ਸ਼ੁਰੂ ਹੋ ਚੁੱਕੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕਰੋਨਾ ਨੂੰ ਲੈ ਕੇ ਪੂਰੇ ਵਰਲਡ ਓਵਰ ਦੋ ਤਰ੍ਹਾਂ ਦੀਆਂ ਉਹ ਚੱਲ ਰਹੀਆਂ ਨੇ ਇੱਕ ਹੈ ਕਿ ਕਰੋਨਾ ਕੀ ਸੱਚਮੁੱਚ ਉਨਾ ਹੀ ਖਤਰਨਾਕ ਹੈ ਜਿੰਨਾ ਕਿ ਦਿਖਾਇਆ ਜਾ ਰਿਹਾ ਹੈ ਜੀ ਔਰ ਇਹ ਕਹੇ ਕਿ ਨਹੀਂ ਹੈ ਇੰਨਾ ਖਤਰਨਾਕ ਹੀ ਆਮ ਸਧਾਰਨ ਫਲੂ ਵਾਇਰਸ ਟਾਈਪ ਹੀ ਵਾਇਰਸ ਹੈ। ਜੀ। ਔਰ ਲੇਕਿਨ ਇਹ ਉਹਨਾਂ ਦੇ ਉੱਤੇ ਜ਼ਿਆਦਾ ਮਾਰ ਕਰ ਰਿਹਾ ਹੈ ਜਿਹੜੇ ਆਲਰੇਡੀ ਵੀਕ ਨੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਅੰਦਰੋਂ ਵੀਕ ਹੈ ਇਮਿਊਨ ਸਿਸਟਮ ਉਹਨਾਂ ਦਾ ਇਮਿਊਨ ਸਿਸਟਮ ਖਰਾਬ ਹੋਵੇ ਚਾਹੇ ਉਹ ਹਾਰਡੀ ਪ੍ਰੋਬਲਮ ਹੋਵੇ ਚਾਹੇ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋਵੇ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੁਝ ਜ਼ਿਆਦਾ ਇਫੈਕਟ ਕਰਦਾ। ਜੀ। ਮਤਲਬ ਉਹ ਡੈਥ ਤੱਕ ਚੱਲਿਆ ਜਾਂਦਾ ਉਹਨਾਂ ਨੂੰ। ਜੀ। ਲੇਕਿਨ ਤੁਸੀਂ ਦੇਖੋ ਕਿ ਇੰਡੀਆ ਦਾ ਜਿਹੜਾ ਇਸ ਟਾਈਮ ਮਤਲਬ ਠੀਕ ਹੋਣ ਵਾਲੇ ਰੇਟ ਨੇ ਉਹ 55 ਹੈ 55% ਦਾ ਲੋਕ ਠੀਕ ਹੀ ਹੋਈ ਆ ਰਹੇ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਵੀ 4 ਲੱਖ ਮਰੀਜ਼ ਹੋ ਗਿਆ ਤਾਂ ਮਰੀਜ਼ ਨਹੀਂ ਹੋਇਆ ਐਕਚੁਅਲੀ ਚਾਲ ਰੱਖ ਨੂੰ ਸੰਕਰਮਿਤ ਹੋ ਚੁੱਕੇ ਸੀ ਜਿੰਨਾ ਚੋ 2 ਲੱਖ ਤੋਂ ਜ਼ਿਆਦਾ ਠੀਕ ਹੋ ਕੇ ਘਰ ਵੀ ਚਲੇ ਗਏ ਹੁਣ ਜਾਨੀ ਕਿ ਐਕਚੁਅਲ ਸਾਡੇ ਕੋਲ 2 ਲੱਖ ਹੈ ਲੇਕਿਨ ਜਦੋਂ ਇੱਕ ਫਿਗਰ ਦਿਖਾਣੀ ਹੁੰਦੀ ਹੈ ਤਾਂ ਅਸੀਂ 4 ਲੱਖ ਕਹਿੰਦੇ ਆ ਕਿ 4 ਲੱਖ ਹੋ ਗਿਆ ਸੋ ਇਹਦਾ ਹੁਣ ਕਿਉਂਕਿ ਇਹ ਇੰਨਾ ਖਤਰਨਾਕ ਸੀ ਉਹਦੋਂ ਇਹਦਾ ਜੀਨੋਮ ਨਹੀਂ ਸੀ ਸਮਝ ਆ ਰਿਹਾ ਹੁਣ ਇਸ ਤੇ ਰਿਸਰਚ ਵੀ ਬਹੁਤ ਹੋ ਗਈ ਹੈ ਮੇਰੀ ਪਿਛਲੇ ਹਫਤੇ ਹੀ ਜਿਹੜੇ ਡੀਆਰਡੀਓ ਜੋਧਪੁਰ ਲੈਬ ਦੇ ਡਾਇਰੈਕਟਰ ਨੇ ਐਨ ਕੇ ਜੈਨ ਉਹ ਅੱਜਕੱਲ ਮਤਲਬ ਇੱਥੇ ਚੰਡੀਗੜੀ ਸਾਡੇ ਰਹਿੰਦੇ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਗਵਰਨਮੈਂਟਸ ਨੂੰ ਔਰ ਸਾਰੇ ਮੈਡੀਕਲ ਕਾਲਜ ਨੂੰ ਜੀ ਇਹ ਕਿਹਾ ਕਿ ਇਹ ਕੋਈ ਇੰਨਾ ਖਤਰਨਾਕ ਨਹੀਂ ਹੈ ਜਿੰਨਾ ਤੁਸੀਂ ਸਮਝ ਰਹੇ ਹੋ ਇਹ ਚ ਸਿੰਪਲ ਇਹ ਹੈ ਕਿ ਇਹ ਜਿਹੜਾ ਇੱਕ ਵਾਇਰਸ ਹੈ ਨਾ ਇਹ ਇਹਦਾ ਚਾਰਜ ਜਿਹੜਾ ਪੋਜ਼ਿਟਿਵ ਹੈ ਜੀ ਜਿਹੜਾ ਸਾਡਾ ਸੈੱਲ ਹੈ ਉਹਦਾ ਚਾਰਜ ਨੈਗੇਟਿਵ ਹੈ ਜੀ ਇਸ ਕਰਕੇ ਜਾਂਦੇ ਸਾਰੇ ਇੱਕ ਦੂਜੇ ਨੂੰ ਖਿੱਚਦੇ ਆ ਫਿਰ ਜੀ ਅਗਰ ਉਹ ਕਹਿੰਦੇ ਕਿ ਇਹ ਜਿਹੜਾ ਸਾਡਾ ਮਤਲਬ ਸੈੱਲ ਦਾ ਚਾਰਜ ਹੈ ਜੀ ਅਗਰ ਉਹਨੂੰ ਅਸੀਂ ਨੈਗੇਟਿਵ ਕਰਦੀ ਪੋਜ਼ਿਟਿਵ ਕਰ ਦਈਏ ਤਾਂ ਇਹ ਨਹੀਂ ਖਿੱਚ ਪਾਏਗਾ ਜੀ ਤਾਂ ਇਹ ਧੱਕੇਲ ਦੇਗਾ ਪਿੱਛੇ ਉਹਨੂੰ ਪਰ ਇਹਨੇ ਚ ਮਰ ਜਾਏਗਾ ਜੀ ਤੇ ਸਿੰਪਲ ਇਹਦਾ ਮੈਥਡ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਚੁਟਕੀ ਪਰ ਬਿਲਕੁਲ ਥੋੜਾ ਜਿਹਾ ਮਿੱਠਾ ਸੋਡਾ ਆਮ ਕਰਾਂ ਚ ਸਾਡੇ ਹੁੰਦਾ ਬੇਕਿੰਗ ਪਾਊਡਰ ਉਹਨੂੰ ਤੁਸੀਂ ਮਤਲਬ ਪਾਣੀ ਚ ਪਾ ਕੇ ਇੱਕ ਦਿਨ ਚ ਪੀ ਲੋ ਪੂਰਾ 1 ਲੀਟਰ ਜੀ ਤਾਂ ਤੁਹਾਡਾ ਜਿਹੜਾ ਸੈੱਲ ਦਾ ਚਾਰਜ ਹੈ ਉਹ ਆਪਣਾ ਪੋਜ਼ਿਟਿਵ ਹੋ ਜਾਏਗਾ ਕਿਉਂਕਿ ਇਹਦਾ ਸੋਡੀਅਮ ਦੇ ਵਿੱਚ ਉਹ ਪੋਜ਼ਿਟਿਵ ਹੈ ਜੀ ਤਾਂ ਜਦੋਂ ਪੋਜ਼ਿਟਿਵ ਹੋ ਜਾਦਾ ਪੋਜ਼ਿਟਿਵ ਪੋਜ਼ਿਟਿਵ ਨੂੰ ਇੱਕ ਪਿੱਛੇ ਧਕੇਲ ਦਿਆ ਮਤਲਬ ਖਿੱਚਦੇ ਨਹੀਂ ਹੈ ਤਾਂ ਜਦੋਂ ਪਿੱਛੇ ਧਕੇਲੇਗਾ ਤਾਂ ਵਾਇਰਸ ਮਰ ਜਾਏਗਾ ਜੀ ਸੋ ਇਹ ਉਹਨਾਂ ਨੇ ਕਿਹਾ ਕਿ ਤੁਸੀਂ ਮੈਡੀਕਲ ਕਾਲਜਾਂ ਦੇ ਵਿੱਚ ਜਿਹੜੇ ਕੋਰੋਨਾ ਦੇ ਪੇਸ਼ੈਂਟ ਹੈਗੇ ਆ ਉਹਨਾਂ ਤੇ ਇਸ ਦਾ ਤਜਰਬਾ ਕਰੋ ਜੀ ਸੋ ਮੈਨੂੰ ਲੱਗਦਾ ਕਿ ਇਹ ਮੈਡੀਕਲੀ ਵੀ ਕਿਉਂਕਿ ਮੇਰੀ ਡਾਕਟਰ ਪੈਰਾ ਲਾਲ ਗਰਗੇਗੇ ਜਿਹੜੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ ਐ ਔਰ ਅਥਾਰਟੀ ਨੇ ਮੈਡੀਕਲ ਲਾਈਨ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਇਹ ਬਿਲਕੁਲ ਠੀਕ ਹੈ ਮੈਨੂੰ ਇਹ ਠੀਕ ਲੱਗ ਰਹੀ ਹੈ ਮੈਡੀਕਲੀ ਕਿਉਂਕਿ ਮੈਂ ਅਸੀਂ ਖੁਦ ਇਲਾਜ ਕਰਦੇ ਰਹਿੰਦੇ ਹਾਂ ਦਾ ਸੋ ਮੈਨੂੰ ਮੈਡੀਕਲੀ ਠੀਕ ਲੱਗ ਰਹੀ ਹੈ ਉਹਨਾਂ ਨੇ ਵੀ ਆਪਣੇ ਵੱਲ ਇੱਕ ਚਿੱਠੀ ਗਵਰਨਮੈਂਟ ਨੂੰ ਲਿਖੀ ਹੈ ਸੀਐਮ ਨੂੰ ਵੀ ਲਿਖੀ ਹੈ ਔਰ ਸਾਰੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਨੂੰ ਵੀ ਲਿਖੀ ਹੈ ਕਿ ਤੁਸੀਂ ਇਹਨੂੰ ਮਤਲਬ ਪ੍ਰਯੋਗ ਕਰੋ ਹੋ ਸਕਦਾ ਹੈ ਕਿ ਅਸੀਂ ਇਸ ਤੋਂ ਬਾਹਰ ਨਿਕਲ ਆਈਏ ਜਦਾ ਯਕ ਜ਼ਿਆਦਾ ਇਹਦਾ ਫੈਲਾਓ ਰੋਕ ਸਕੀਏ ਬਿਲਕੁਲ ਜੀ ਮੇਰੇ ਕੋ ਇਹ ਲੱਗਦਾ ਕਿ ਸਾਨੂੰ ਕਰਨਾ ਚਾਹੀਦਾ ਮੈਨੂੰ ਲੱਗਦਾ ਬਿਲਕੁਲ ਜੀ ਜੇ ਇਸ ਤਰੀਕੇ ਦੇ ਨਾਲ ਬਿਨਾ ਕਿਸੇ ਦਵਾਈ ਤੋਂ ਸਾਨੂੰ ਕਰੋਨਾ ਤੋਂ ਮੁਕਤੀ ਮਿਲ ਜਾਵੇ ਤੇ ਹੋਰ ਕੀ ਚਾਹੀਦਾ ਹੈ ਬਾਕੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਇੰਨੀ ਬਹੁਮੁੱਲੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ